ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਮੈਂ ਬੀਜੇਪੀ ਪੰਜਾਬ ਵੱਲੋਂ ਉਹਨਾਂ ਨੂੰ ਜੀ ਆਏ ਵੀ ਆਖਦਾ ਔਰ ਮੈਂ ਸਮਝਦਾ ਕਿ ਇੱਕ ਬਹੁਤ ਅੱਛਾ ਸੰਕੇਤ ਪੰਜਾਬ ਲਈ, ਪੰਜਾਬ ਦੀ ਰਾਜਨੀਤੀ ਲਈ ਹੈ। ਸਿਰਸਾ ਜੀ ਸਿੱਖ ਸਮਾਜ ਦੇ ਵੱਡੇ ਨੇਤਾ ਨੇ, ਸਿੱਖ ਮਸਲਿਆਂ 'ਤੇ ਲਗਾਤਾਰ ਸੰਘਰਸ਼ ਕਰਦੇ ਰਹੇ ਨੇ ਔਰ ਐਸੇ ਵਿਅਕਤੀ ਦਾ ਬੀਜੇਪੀ 'ਚ ਸ਼ਾਮਿਲ ਹੋਣਾ, ਨਰਿੰਦਰ ਮੋਦੀ ਜੀ ਦੀਆਂ, ਅਮਿਤ ਸ਼ਾਹ ਜੀ ਦੀਆਂ ਨੀਤੀਆਂ 'ਤੇ ਵਿਸ਼ਵਾਸ ਵਿਅਕਤ ਕਰਨਾ, ਇਸ ਗੱਲ 'ਤੇ ਮੋਹਰ ਲਾਉਂਦਾ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਸਭ ਦਾ ਸਾਥ, ਸਭ ਦੇ ਵਿਕਾਸ 'ਤੇ ਕੰਮ ਕਰ ਰਹੀ ਹੈ ਔਰ ਸਿੱਖ ਸਮਾਜ ਲਈ ਤਾਂ ਮੋਦੀ ਸਰਕਾਰ ਨੇ ਬਹੁਤ ਗੰਭੀਰਤਾ ਨਾਲ ਕੰਮ ਕੀਤਾ ਹੈ। ਚਾਹੇ 1984 ਦੇ ਦੰਗਾਈਆਂ ਨੂੰ ਸਜ਼ਾ ਦੇਣ ਦੀ ਗੱਲ ਹੋਵੇ, ਚਾਹੇ ਉਹ ਸ਼੍ਰੀ ਹਰਿਮੰਦਰ ਸਾਹਿਬ ਨੂੰ FCRA ਦੇਣ ਦੀ ਗੱਲ ਹੋਵੇ, ਲੰਗਰ ਤੋਂ GST ਹਟਾਉਣ ਦੀ ਗੱਲ ਹੋਵੇ, ਅਫਗਾਨਿਸਤਾਨ ਤੋਂ ਸਿੱਖ ਭਰਾਵਾਂ ਨੂੰ ਬਚਾ ਕੇ ਲੈ ਕੇ ਆਉਣ ਦੀ ਗੱਲ ਹੋਵੇ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਨੂੰ ਜਾਣ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਉਹਨਾਂ ਦਾ 550ਵਾਂ ਗੁਰਪੁਰਬ ਮਨਾਉਣ ਦੀ ਗੱਲ ਹੋਵੇ, ਹਮੇਸ਼ਾ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਮੋਦੀ ਸਰਕਾਰ ਨੇ ਕੰਮ ਕੀਤਾ ਔਰ ਅੱਜ ਸਿਰਸਾ ਜੀ ਨੇ ਬੀਜੇਪੀ ਜੁਆਇਨ ਕਰਕੇ ਉਹਦੇ 'ਤੇ ਮੋਹਰ ਲਗਾਈ ਹੈ। ਇਹਦੇ ਨਾਲ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਇਹ ਉਹਨਾਂ ਲੋਕਾਂ ਦੀ ਵੀ ਹਾਰ ਹੈ ਜੋ ਪੰਜਾਬ 'ਚ ਨਫ਼ਰਤ ਫੈਲਾਉਣਾ ਚਾਹੁੰਦੇ ਸੀ, ਜੋ ਪੰਜਾਬ ਦੇ ਭਾਈਚਾਰੇ ਨੂੰ, ਪੰਜਾਬ ਦੀ ਹਿੰਦੂ ਸਿੱਖ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀਗੇ। ਸੋ ਮੈਂ ਇੱਕ ਵਾਰ ਫਿਰ ਸਿਰਸਾ ਜੀ ਨੂੰ ਜੀ ਆਇਆਂ ਆਖਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਮੈਂ ਬੀਜੇਪੀ ਪੰਜਾਬ ਵੱਲੋਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਔਰ ਮੈਂ ਸਮਝਦਾ ਕਿ ਇੱਕ ਬਹੁਤ ਅੱਛਾ ਸੰਕੇਤ ਪੰਜਾਬ ਲਈ, ਪੰਜਾਬ ਦੀ ਰਾਜਨੀਤੀ ਲਈ ਹੈ। ਸਿਰਸਾ ਜੀ ਸਿੱਖ ਸਮਾਜ ਦੇ ਵੱਡੇ ਨੇਤਾ ਨੇ, ਸਿੱਖ ਮਸਲਿਆਂ 'ਤੇ ਲਗਾਤਾਰ ਸੰਘਰਸ਼ ਕਰਦੇ ਰਹੇ ਨੇ ਔਰ ਐਸੇ ਵਿਅਕਤੀ ਦਾ ਬੀਜੇਪੀ 'ਚ ਸ਼ਾਮਿਲ ਹੋਣਾ, ਨਰਿੰਦਰ ਮੋਦੀ ਜੀ ਦੀਆਂ, ਅਮਿਤ ਸ਼ਾਹ ਜੀ ਦੀਆਂ ਨੀਤੀਆਂ 'ਤੇ ਵਿਸ਼ਵਾਸ ਵਿਅਕਤ ਕਰਨਾ, ਇਸ ਗੱਲ 'ਤੇ ਮੋਹਰ ਲਾਉਂਦਾ ਹੈ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਸਭ ਦਾ ਸਾਥ, ਸਭ ਦੇ ਵਿਕਾਸ 'ਤੇ ਕੰਮ ਕਰ ਰਹੀ ਹੈ ਔਰ ਸਿੱਖ ਸਮਾਜ ਲਈ ਤਾਂ ਮੋਦੀ ਸਰਕਾਰ ਨੇ ਬਹੁਤ ਗੰਭੀਰਤਾ ਨਾਲ ਕੰਮ ਕੀਤਾ ਹੈ। ਚਾਹੇ 1984 ਦੇ ਦੰਗਾਈਆਂ ਨੂੰ ਸਜ਼ਾ ਦੇਣ ਦੀ ਗੱਲ ਹੋਵੇ, ਚਾਹੇ ਉਹ ਸ਼੍ਰੀ ਹਰਿਮੰਦਰ ਸਾਹਿਬ ਨੂੰ FCRA ਦੇਣ ਦੀ ਗੱਲ ਹੋਵੇ, ਲੰਗਰ ਤੋਂ GST ਹਟਾਉਣ ਦੀ ਗੱਲ ਹੋਵੇ, ਅਫਗਾਨਿਸਤਾਨ ਤੋਂ ਸਿੱਖ ਭਰਾਵਾਂ ਨੂੰ ਬਚਾ ਕੇ ਲੈ ਕੇ ਆਉਣ ਦੀ ਗੱਲ ਹੋਵੇ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਨੂੰ ਜਾਣ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਉਹਨਾਂ ਦਾ 550ਵਾਂ ਗੁਰਪੁਰਬ ਮਨਾਉਣ ਦੀ ਗੱਲ ਹੋਵੇ, ਹਮੇਸ਼ਾ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਮੋਦੀ ਸਰਕਾਰ ਨੇ ਕੰਮ ਕੀਤਾ ਔਰ ਅੱਜ ਸਿਰਸਾ ਜੀ ਨੇ ਬੀਜੇਪੀ ਜੁਆਇਨ ਕਰਕੇ ਉਹਦੇ 'ਤੇ ਮੋਹਰ ਲਗਾਈ ਹੈ। ਇਹਦੇ ਨਾਲ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਇਹ ਉਹਨਾਂ ਲੋਕਾਂ ਦੀ ਵੀ ਹਾਰ ਹੈ ਜੋ ਪੰਜਾਬ 'ਚ ਨਫ਼ਰਤ ਫੈਲਾਉਣਾ ਚਾਹੁੰਦੇ ਸੀ, ਜੋ ਪੰਜਾਬ ਦੇ ਭਾਈਚਾਰੇ ਨੂੰ, ਪੰਜਾਬ ਦੀ ਹਿੰਦੂ ਸਿੱਖ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀਗੇ। ਸੋ ਮੈਂ ਇੱਕ ਵਾਰ ਫਿਰ ਸਿਰਸਾ ਜੀ ਨੂੰ ਜੀ ਆਇਆਂ।